अल्लाह खैर भाई एडी उचाई ते खान साहब लगता किसी बुजुर्ग की दुआ लगी तो बहुत उठे जाना कर गया और ताड़ा बेड़ा कर एडी ऊंचाई यार उची दुकान क्यों बनाई है ਗਾਹਕ ਵੀ ਤੇ ਸਾਨੂੰ ਦੋ ਦੋ ਘੰਟੇ ਪਹਿਲੇ ਬੁਲਾ ਕੇ ਬਿਠਾ ਲੈਂਦਾ ਨਾ ਇੰਨਾ ਕਿਤੇ ਸਟਰਗਲ ਕਰੇ ਉੱਤੇ ਆਏ ਯਾਰ ਇੰਨਾ ਬਦਲਾ ਲਿਆ ਤੁਸੀਂ ਇੰਨੀ ਉਚਾਈ ਤੇ ਕੋਹ ਪੇ ਮਾਰਦੇ ਜਿੱਥੇ ਬਾਜੀ ਵਾਲੇ ਬੈਠੇ ਆ ਚਲੋ ਖੈਰ ਖਾਤਾ ਗੱਲ ਇਹ ਆ ਮੱਲੇਦਾਰੀ ਵੀ ਆਪਣੀ ਇਹ ਤੁਹਾਡੇ ਇਲਾਕੇ ਦੀ ਆ ਮੈਂ ਜੀ ਜੀ ਘਰ ਵਾਲੀ ਗੱਲ ਹੈ ਹਾਂਜੀ ਵਾਜਾ ਵਜਾਣਾ ਜੀ ਇੱਕ ਫੰਕਸ਼ਨ ਤੇ ਜੀ ਬਿਸਮਿਲ੍ਲਾ ਵਾਜੀ ਵਾ ਬਿਸਮਿਲ੍ਲਾ ਤੇ ਉਹ ਮੈਂ ਤੁਹਾਡੇ ਨਾਲ ਕਰ ਲੈਣਾ ਗੱਲ ਸਾਰੀ ਅੱਛਾ ਮੁੰਡਾ ਆਇਆ ਜੀ ਮੇਰੇ ਭਰਾ ਦੇ ਘਰ ਵੱਡੇ ਦੇ ਬਾਰਕ ਹੋਵੇ ਭਾਈ ਬਾਰਕ ਹੋਵੇ ਬਾਰਕ ਹੋਵੇ ਬਾਜੀ ਵਾ ਕਰ ਬਾਰਕ ਜੀ ਕਰ ਬਾਰਕ ਰੋਜ਼ੀਆਂ ਖੁੱਲ ਗਈਆਂ ਸਾਡੀਆਂ ਤੇ ਆ ਹਾਏ ਕੀ ਮੁੰਡਾ ਜਮੇ ਬਿਸਮਿਲ੍ਲਾ ਬਿਸਮਿਲ੍ਲਾ ਤੁਹਾਨੂੰ ਆਸਾ ਲੱਗੀ ਅੱਗੋ ਦੀ ਜਨਾਬ ਬਿਸਮਿਲ੍ਲਾ ਖੈਰ ਹੋਵੇ ਤਾਂ ਮੁੰਡਾ ਤੁਹਾਡੇ ਤੇ ਨਹੀਂ ਚਲਾ ਗਿਆ ਕਿਤੇ ਨਹੀਂ ਨਹੀਂ ਮੁੰਡਾ ਫਿਲਹਾਲ ਤੇ ਹਸਪਤਾਲ ਗਿਆ ਤਬੀਅਤ ਥੋੜੀ ਨਸਾਸ ਸੀ ਉਹ ਲੈ ਕੇ ਗਏ ਆਉਣਾ ਲਈ ਡਾਕਟਰ ਤੇ ਖਾਸ ਤੌਰ ਗੱਲ ਇਹ ਆ ਤਾਂ ਪਤਾ ਸਰਦੀਆਂ ਉਹ ਆਉਗ ਲੱਗ ਜਾਂਦੀ ਬੱਚਿਆਂ ਨੂੰ ਹਾਂਜੀ ਹਾਂਜੀ ਬਿਸਮਿਲ੍ਲਾ ਉਸ ਖੁਸ਼ੀ ਦੀ ਖਾਸ ਤਾਂ ਬੋਣਾ ਤੁਸੀਂ ਫੰਕਸ਼ਨ ਤੇ ਹਾਂ ਤੇ ਕੀ ਹਿਸਾਬ ਕਿਤਾਬ ਹੋਏਗਾ ਤੇ ਕਿਉਂਕਿ ਠੰਡ ਵੀ ਜੇ ਮੈਂ ਕਹਿੰਦਾ ਹੈ ਜੀ ਤੇ ਪੈਸੇ ਕੋਈ ਬਣਾ ਸਕਦੇ ਹੀ ਕੀ ਖਿਆਲ ਹੈ ਜੀ ਬਿਸਮਿਲ੍ਲਾ ਜਨਾਬ ਕਿਉਂ ਨਹੀਂ ਇਹ ਬੱਚਾ ਮਾਸ਼ਾਅੱਲਾ ਤਾਜ਼ਾ ਤਾਜ਼ਾ ਹੀ ਹੋਇਆ ਹੈ ਜਨਾਬ ਨਹੀਂ ਤਾਜ਼ਾ ਤਾਜ਼ਾ ਕੀ ਮਤਲਬ ਕੋਈ ਕਿਲਾ ਵਾਲਾ ਬੱਚਾ ਕੱਲ ਹੋਇਆ ਜੀ ਖੁਸ਼ੀਆਂ ਭਾਗਾਂ ਨਾਲ ਹੋਇਆ ਬੱਚਾ ਕਾਫੀ ਦੇਰ ਬਾਅਦ ਹੋਇਆ ਹੈ ਤੁਸੀਂ ਕਹਿਣਾ ਚਾਹ ਰਹੇ ਹੋ ਭਾਜੀ 11 ਸਾਲ ਬਾਅਦ ਅੱਲਾ ਨੇ ਉਲਾਦ ਮਾਸ਼ਾਅੱਲਾ ਮਾਸ਼ਾਅੱਲਾ ਤੇ ਭਾਜੀ ਅਸੀਂ ਤੁਹਾਡੇ ਕੋਲ 12 ਹਜ਼ਾਰ ਲਵਾਂਗੇ 1000 ਰੁਪਏ ਵੱਧ ਲਵਾਂਗੇ ਸਾਲ ਦਾ ਤੁਹਾਨੂੰ 1000 ਰੁਪਇਆ ਪਾਇਆ ਜੀ 12 ਦਾ ਵਾਹ ਵਾਹ 1000 ਰੁਪਇਆ ਤੇ ਆਪਣਾ ਕਿਰਾਇਆ ਪਾਣੀ ਲਵਾਂਗੇ ਜੀ ਵਾਹ ਹਾਂ ਤੇ ਬੱਚਾ ਅਗਰ 20 ਸਾਲ ਬਾਅਦ ਹੁੰਦਾ ਸੀ 20000 ਲੈਣਾ ਅੱਛਾ ਇਹ ਗੱਲ ਫਾਈਨਲ ਹੈ ਤੁਹਾਡੀ 12000 ਵਾਲੀ ਜੀ ਜੀ ਫਾਈਨਲ ਹੈ ਜੀ ਅੱਛਾ ਖਾਲਸਾ ਸਾਹਿਬ ਗੱਲ ਇਹ ਹੈ ਕਿ ਬੱਚਾ ਜਿਹੜਾ ਨਾ ਜੀ ਉਹ ਤੁਸੀਂ ਮੈਨੂੰ ਵੇਖ ਕੇ ਹਿਸਾਬ ਲਾ ਲਓ ਵੀ ਬੱਚਾ ਕਿਹੋ ਜਿਹਾ ਹੈ ਜੀ ਜੀ ਮੈਂ ਜਨਾਬ ਇਹ ਬੱਚਾ ਖਾਨਦਾਨ ਤੇ ਜਾਣਾ ਹੁੰਦਾ ਨਾ ਹਾਂ ਜੀ ਮੈਂ ਅੱਗੇ ਡਰਿਆ ਜੀ ਇਹ ਗੱਲ ਸਮਝਣਾ ਤੇ ਬੱਚਾ ਕੋਈ ਡਾ ਕੋ ਸੋਹਣਾ ਕੋ ਬੁਰਾ ਚਿੱਟਾ ਨਹੀਂ ਕੋਈ 12 ਦਰ ਦੇ ਦਈਏ ਹਾਏ ਹਾਏ ਉਹ ਸਾਹਿਬ ਦੇ ਪੈਸੇ ਮੰਗ ਲਓ ਵੀ ਜਿਹੜਾ ਨਾ ਬਦਕੇ ਅਸੀਂ ਦੇ ਵੀ ਦਈਏ ਪੈਸੇ ਤੁਸੀਂ ਲੈ ਵੀ ਲਓ ਜੀ 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 ਤੁਹਾਡੇ ਤੋਂ ਹੀ ਲੱਗ ਰਿਹਾ ਤੁਹਾਡੇ ਤੋਂ ਹੀ ਲੱਗ ਰਿਹਾ ਬੱਚਾ ਛੋਟੀ ਹੋ ਜਰੀ ਲਗਾਉਣਾ ਦੇਸੀ ਹੋ ਜਰੀ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਤੇ ਜਨਾਬ ਗੱਲ ਤਾਂ ਹੈਗੀ ਵੀ ਇਹ ਜਿਹੜਾ ਅਸੀਂ 12000 ਰੁਪਇਆ ਮੰਗਿਆ ਜੀ ਜੀ ਇਹ ਤੇ ਤੁਹਾਡੇ ਮੂੰਹ ਪਿਆਰ ਨੂੰ ਮੰਗੇ ਨਹੀਂ ਤੁਹਾਡਾ ਮੇਰਾ ਇੰਨਾ ਤੂੰ ਪਿਆਰ ਹੈ ਨਹੀਂ ਮੈਂ ਤਾਂ ਹਲੇ ਆਈ ਆ ਨਹੀਂ ਮੈਂ ਵੇਖ ਕੇ ਮੰਗਿਆ ਨਾ ਤੁਹਾਨੂੰ ਅੱਛਾ ਵੇਖ ਕੇ ਮੰਗਿਆ ਨਹੀਂ ਤੁਸੀਂ ਬਹੁਤ ਜ਼ਿਆਦਾ ਮੰਗਦੇ ਨਹੀਂ ਨਹੀਂ ਮਤਲਬ ਕਿ 12 ਤੋਂ ਕੋਈ ਗੁੰਜਾਇਸ਼ ਨਹੀਂ ਹੋਈ ਤੁਸੀਂ ਘੱਟ ਵੱਧ ਨਹੀਂ ਜਨਾਬ ਵੱਧ ਸਕਦੇ ਨੇ ਪੈਸੇ ਘੱਟ ਨਹੀਂ ਘਟਦੇ ਨਹੀਂ ਪੈਸੇ ਅੱਛਾ ਇਹ ਮਤਲਬ ਆਪਸ ਦੀ ਗੱਲ ਇੰਨੀ ਨਹੀਂ ਖੁਸ਼ੀ ਹੋਈ ਮਤਲਬ ਕਿ ਨਹੀਂ ਅੱਛਾ ਅੱਛਾ ਖੁਸ਼ੀ ਘੱਟ ਹੈ ਮਤਲਬ ਬੱਚਾ ਵੀ ਤਾਂ ਵੇਖੋ ਨਾ ਮਤਲਬ ਸਾਡੇ ਅੱਛਾ 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 ਮੈਂ ਸਮਝ ਅੱਛਾ ਜਿਹੜੇ ਕਿ ਬਾਹਰ ਹੀ ਲੈਣਾ
ਜੀ 12,000 ਕੋਈ ਮੂੰਹ ਪਿਆਰ ਨਹੀਂ ਕੋਈ ਮੱਲੇ ਦਾ ਨਹੀਂ ਮੈਂ ਖਾਨ ਸਾਹਿਬ ਘਟਾ ਲਓ ਅੱਗੇ 6 ਮਹੀਨਿਆਂ ਬਾਅਦ ਕੰਮ ਆਇਆ ਤੇ ਘਟਾ ਲਓ ਕੁਛ ਚਲੋ ਕੰਮ ਤੇ ਜਾਵਾਂਗੇ ਕੋਈ ਰਿਜ਼ਕ ਪਾਣੀ ਦੇ ਮੱਥੇ ਲੱਗਾਂਗੇ ਨਹੀਂ ਅਗਰ ਤੁਹਾਡਾ ਕੋਈ ਫਿਕਸ ਰੇਟ ਹੈ ਨਾ ਤੇ ਮੈਂ ਤੁਹਾਨੂੰ ਕੋਈ ਜ਼ਿਆਦਾ ਮਜਬੂਰ ਨਹੀਂ ਕਰਦਾ ਹਾਂ ਇਹ ਗੱਲ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਨਾ ਉਹਦੀ ਪਦਾਇਸ਼ ਤੇ ਰਹਿਣ ਦਿਓ ਓ ਨੋ ਵੀ ਬੱਚੇ ਦੇ ਖਤਰਿਆਂ ਦੇ ਵਾਜਾ ਵਜਾ ਲਓ ਵਾ 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 ਬੱਚੇ ਦੇ ਸਾਲ ਕੇ ਪਾਸ ਪੂਰਾ ਨਹੀਂ ਨਹੀਂ ਉਹ ਬੜੀ ਆ 8 ਦਿਨ ਬਾਅਦ ਖਤਨੇ ਕਰਾਉਂਦਾਂਗੇ ਜਨਾਬ ਅਸੀਂ ਖਤਨਿਆਂ ਤੇ ਵੀ ਵਜਾ ਸਕਨੇ ਆ ਮਗਰ ਅਸੀਂ ਇਹ ਸੋਚਨੇ ਕਿ ਅਸੀਂ ਗਾਣਾ ਕੀ ਵਜਾਵਾਂਗੇ ਉੱਥੇ ਤੁਸੀਂ ਵੀ ਵੇਖ ਖਤਨੇ ਦੀ ਝੰਡੀ ਲਾ ਰਹੇ ਨੇ ਨਾਲੇ ਸੇਰੇ ਲਾਏ ਨੇ ਜੰਜ ਤੁਰ ਪਈ ਵਾਜਿਆ ਨਾਲ ਮੈਂ ਲੁੱਡੀਆਂ ਪਾਵਾਂ ਚੌਂਕਾਂ 'ਚ ਪੈਣ ਲੁੱਡੀਆਂ ਸਾਡੇ ਯਾਰ ਦੇ ਬੰਨੇ ਸੇਰੇ ਇੱਥੇ ਕੀ ਅਸੀਂ ਗਾਣਾ ਵਜਾਵਾਂਗੇ ਨਹੀਂ ਦੇਖੋ ਨਾ ਤੁਸੀਂ ਪੈਸੇ ਕਿਸ ਚੀਜ਼ ਦੇ ਲੈਣੇ ਕੰਮ ਦੇ ਹਿਸਾਬ ਨਾਲ ਗਾਉਣਾ ਨਾ ਜੀ ਇਹਨੂੰ ਖਤਨੇ ਵਾਲੇ ਕੋ 2-4 ਗਾਣੇ ਤਿਆਰ ਕਰ ਲਓ ਓ ਨੋ ਪੈਸੇ ਤੁਹਾਨੂੰ ਦੇ ਦਿਆਂਗੇ ਖਾਣਾ ਗਾਣਾ ਉਹ ਗਾ ਲੈਣਾ ਮੇਰੇ ਖਤਨੇ ਮੈਂ ਤੂੰ ਨਹੀਂ ਸ਼ਾਇਦ ਹਾਏ 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 ਨਹੀਂ ਨਹੀਂ ਦੇਖੋ ਨਾ ਖਤਨੇ ਤੇ ਆਇਓ ਲੇਕਿਨ ਤੁਸੀਂ ਘੜ ਕੇ ਨਾ ਥੋੜੀ ਖਾਸ ਬਾਪਾ ਉਹ ਸੁਣਾ ਦਾਂਗੇ ਆ ਮੈਂ ਤੇਰੇ ਖਤਨੇ ਕਰਾਂ ਹਾਏ ਹਾਏ ਵਾਹ ਵਾਹ ਦੇਖੋ ਨਾ ਗਾਣੇ ਤੁਹਾਡੇ ਕੋਲ ਰੈਡੀ ਨੇ ਤੁਹਾਡੇ ਤੇ ਉਹਦਾ ਖਰਚਾ ਵੀ ਨਹੀਂ ਓ ਯਾਰ ਅਸੀਂ ਕਿਹੜਾ ਚੀਜ਼ਾਂ ਖਤਨੀ ਜਾ ਕੇ ਵਜਾਣਾ ਨਹੀਂ ਨਹੀਂ ਤੇ ਪੈਸੇ ਖਤਨੇ ਦੇ ਪੈਸੇ ਨਹੀਂ ਕੱਟਣਗੇ ਮੈਂ ਉਹ ਸੋਚਨੇ ਆ ਕਿ ਖਤਨਿਆਂ ਤੇ ਸਾਨੂੰ ਕੀ ਹੋਏਗਾ ਜਨਾਬੇ ਖਤਨਿਆਂ ਤੇ ਤੁਹਾਨੂੰ ਵੇਲਾ ਚ ਉਸਤਰੇ ਹੋ ਜਾਣਗੇ ਆਏ ਹਾਏ ਨਸ਼ਤਰ ਹੋ ਜਾਣਗੇ ਅਸੀਂ 6 ਮਾਂ ਮਦਾ ਕੇ ਆਣੀ ਆ ਅਸੀਂ ਕੀ ਯਾਰ ਖਾਸੇ ਵਿੱਚ ਮਦਾ ਕੇ ਰਹਿੰਦੇ ਉਹ ਪੈਸੇ ਘਟਾ ਲਓ 2000 4000 ਘਟਾ ਲਓ ਖਤਨਿਆਂ ਤੇ ਆਉਣਾ ਹੁਣ ਕਿਹੜਾ ਤੁਸੀਂ ਮੁੰਡੇ ਦੇ ਜੰਮਣ ਤੇ ਆਉਣਾ ਚਲੋ ਕੁਝ ਨਹੀਂ ਕਰਦੇ ਅਸੀਂ ਤੁਹਾਡੀ ਜ਼ਾਤ ਲਈ 2000 ਰੁਪਏ ਹੋਰ ਘੱਟ ਕਰਦੇ ਨੇ ਵਾਹ ਵਾਹ ਤੁਹਾਡੇ ਮੂੰਹ ਨੂੰ 10000 ਰੁਪਏ ਤੁਹਾਡੇ ਮੂੰਹ ਨੂੰ ਕਰਦੇ ਆ ਬੰਦੇ ਕਿੰਨੇ ਟੋਟਲ ਇਹ ਬੰਦੇ ਜਨਾਬੇ ਆਲਾ ਖਤਨੇ ਤੇ ਵਜਾਣਾ ਨਾ ਹੁਣ ਹਾਂਜੀ ਹਾਂ ਤੇ ਫਿਰ 5 ਬੰਦੇ ਆਵਾਂਗੇ 5 ਹਾਂਜੀ ਨਹੀਂ ਨਹੀਂ ਮੇਰਾ ਭਰਾ ਕਹਿੰਦਾ ਖਤਨੇ ਵੱਡੇ ਕਰਨੇ ਆ ਬੰਦੇ ਤੁਹਾਡੇ ਬਹੁਤ ਅੱਛਾ ਤੇ ਪਹਿਲਾਂ ਖਤਨੇ ਵੀ ਵੱਡੇ ਕਰ ਲਓ ਥੋੜੇ ਜਿਹਾ ਨਹੀਂ ਇਸ ਤਰ੍ਹਾਂ ਕਰਨੇ ਨਾ ਉਹ ਬੁਰਾ ਲੱਗਦਾ ਬੰਦਾ ਫਿਰ ਕਰਦਾ ਇਹ ਤੁਸੀਂ ਇਸ ਤਰ੍ਹਾਂ ਕਰੋ ਬੰਦੇ ਕਿੰਨੇ ਹੁੰਦੇ ਟੋਟਲ ਕਿੰਨੇ ਹੁੰਦੇ ਆਪਣੇ ਕੋਲ ਟੋਟਲ ਤਾਂ ਵੈਸੇ ਸਾਡੇ 12 ਆਦਮੀ ਹੁੰਦੇ 12 ਬੰਦੇ ਇਹ ਤੁਹਾਡੇ ਮੂੰਹ ਨੂੰ 5 ਕੀਤੇ ਬਸ ਨਹੀਂ ਤੁਸੀਂ ਮੇਰੇ ਮੂੰਹ ਨੂੰ ਬਤਾ ਇਸ਼ਾ ਚਲੋ ਇੰਜ ਕਰੋ ਵੀ 12 ਕਰਦੇ ਹੋ ਜਾਓ ਕਰ ਲਿਓ 12 ਜਾਓ ਮੱਲੇਦਾਰ ਨੇ ਚਲੋ ਕੋਈ ਗੱਲ ਨਹੀਂ 12 ਕਰਦੇ ਜਨਾਬ ਤੁਹਾਨੂੰ ਜਾਓ ਤੇ ਪਹਿਲੇ 12000 ਸੀ ਨਾ ਜੀ ਜੀ ਬਿਸਮਿਲ੍ਲਾ ਹੋਰ ਤੁਸੀਂ ਲਾ ਲਓ ਸਾਡੇ ਕੋਲ 7000 ਬੰਦੇ 12 ਕਰ ਨਹੀਂ ਲੈ 12 ਬੰਦੇ ਤੁਹਾਡੇ 12 ਬੰਦੇ ਤੁਹਾਡੇ ਮੁੰਡੇ ਦੇ ਖਤਰੇ ਨੇ ਕਿ 2020 ਦਾ ਮੈਚ ਹੈ ਜਨਾਬੇ ਵਾਲਾ 500 ਰੁਪਏ ਦੀ ਰੋਟੀ ਤੇ ਸਾਡਾ ਕੱਲਾ ਕੱਲਾ ਬੰਦਾ ਖਾਂਦਾ ਜੀ ਆਪਣੇ ਬਾਹਰ ਦਾ ਕਮਿਸ਼ਨ ਨਾ ਨਿਕਲੇ ਨਹੀਂ ਕਿਰਾਏ ਜਾਣੇ ਨੇ ਅਸੀਂ ਕਿੱਥੋਂ ਖਾਣਾ ਪੀਣਾ ਮੈਨੂੰ ਦੱਸੋ 500 ਦੀ ਜਿਹੜੀ ਰੋਟੀ ਹੈ ਨਾ ਜੀ ਹਾਂਜੀ ਉਹ ਤੁਸੀਂ 12 ਕਰ ਅੱਛਾ ਕਿਉਂਕਿ ਇੰਨੀ ਸਾਡੇ ਕੋ ਹੁਣੀ ਨਹੀਂ ਯਾਰ ਇਹ ਬਿਲਕੁਲ ਤੁਹਾਡੇ ਤੁਹਾਡੇ ਗੈਟਾ ਤੋਂ ਲੱਗ ਗਿਆ ਪਤਾ ਜੀ ਜੀ ਫਿਰ ਤਾਂ ਸਾਹਮਣੇ ਉਹ ਤੇ ਸਾਬ ਲਾ ਲਿਆ ਸੀ ਵੀ ਰੋਟੀ ਨਹੀਂ ਮਿਲਣੀ ਸਾਨੂੰ ਨਹੀਂ ਨਹੀਂ ਰੋਟੀ ਦੀ ਖਾ ਲਓ ਕਿਹੜੀ ਗੱਲ ਹੈ ਜਦੋਂ ਹੈ ਹੀ ਨਹੀਂ ਫਿਰ ਗੱਲ ਕਰ ਉਹ ਵੇਖੋ ਉਸਤਾਦ ਉਹਦੀ ਸ਼ਰਟ ਤੇ ਐਨਬੀ ਲਿਖਿਆ ਹੀ ਇਹਦਾ ਮਤਲਬ ਭਲਾ ਕੀ ਹੈ ਹਾਂਜੀ ਨੈਸ਼ ਬੰਦਾ ਨਹੀਂ ਨਹੀਂ ਯਾਰ ਗਾਗ ਜਿਹੜਾ ਅੱਲਾ ਦਾ ਬੰਦਾ ਹੁੰਦਾ ਉਹ ਖਾਦਾ ਮਲਾਕ ਖੈਰ ਗੱਲ ਪੈ ਗਈ ਬਿਸਮਿਲ੍ਲਾ ਬਿਸਮਿਲ੍ਲਾ ਤੇ ਪੈਸੇ ਨਹੀਂ ਕੱਟਣਗੇ ਫਿਰ ਨਹੀਂ ਜਨਾਬ ਤੁਹਾਡੇ ਮੂੰਹ ਨੂੰ ਮੈਂ ਇੰਨੇ ਪੈਸੇ ਕੀਤੇ ਤੁਸੀਂ ਇਸ ਤਰ੍ਹਾਂ ਕਰੋ ਜੀ ਬਿਸਮਿਲ 6 ਬੰਦੇ ਵਰਦੀਆਂ ਵਾਲੇ ਕਰ ਲਓ ਅੱਛਾ ਜੀ ਬਾਕੀ ਸਾਦਾ ਕਰ ਲਓ ਪੈਸੇ ਘਟਾ ਲਓ ਸਾਦਾ ਬੰਦੇ ਜਨਾਬ ਸਵਾਈਆਂ ਕਰਦੀਆਂ ਉਹਨਾਂ ਨੇ ਇੱਥੇ ਆਣ ਕੇ ਵਰਦੀ ਦੇ ਵਿੱਚ ਬੰਦੇ ਸੋਹਣੇ ਲੱਗਦੇ ਨੇ ਅੱਛਾ ਹਾਂਜੀ ਸਾਦਾ ਬੰਦੇ ਦੀ ਤਾਂ ਬਹੁਤੀ ਪੇਮੈਂਟ ਹੁੰਦੀ ਜੀ ਤੁਸੀਂ ਇਸ ਤਰ੍ਹਾਂ ਕਰੋ ਨਾ 4 ਬੰਦੇ ਨੰਗੇ ਪੈਰੀ ਕਰ ਲਓ ਬਾਕੀ ਪੂਰਵਾ ਤੁਹਾਡੇ ਬੱਚੇ ਦੇ ਖਤਰੇ ਨੇ ਕਿ ਪੰਚਾਇਤ ਤੇ ਉੱਥੇ ਖਤਰਿਆਂ ਦਾ ਵਾਜਾ ਇੰਨਾ ਹੋਰ ਕਿਸੇ ਨੇ ਕਰਨਾ ਹੀ ਨਹੀਂ ਹਾਂਜੀ ਵੈਸੇ ਠੀਕ ਆ ਐਸਾ ਕੰਮ ਹੀ ਨਾ ਕਰਨਾ ਕਿ ਜੁੱਤੀਆਂ ਲਾਉਣੀਆਂ ਪੈ ਐਸੀ ਗੱਲ ਨਹੀਂ ਇਸ ਤਰ੍ਹਾਂ ਕਰੋ ਫਿਰ ਅੱਛਾ ਬੈਡ ਤੁਹਾਡੇ ਕੋਲ ਫਿਰ ਵੀ ਇੱਕ ਤੇ ਬੰਦੇ ਦਾ ਘੱਟ ਹੀ ਹੁੰਦਾ ਹਾਂ ਇਸ ਤਰ੍ਹਾਂ ਕਰੋ 2-3 ਬੰਦੇ ਨਾਲੇ ਬਣ ਲਓ ਬੈਡ ਬਾਵੇਂ ਨਾ ਪਾਓ ਪਤਾ ਮੈਂ ਸੀ ਕਰੂੰ ਡੈਕੋਰੇਸ਼ਨ ਤਾਂ ਕਰਨੀ ਨਹੀਂ ਹਾਂਜੀ ਨਾਲੇ ਤੇ ਇਹ ਫੰਕਸ਼ਨ ਵੀ ਬਾਜਾ ਵੱਜ ਰਿਹਾ ਬਾਟੀ ਬਿਲਕੁਲ ਸਾਦੇ ਖਤਨੇ ਹੋ ਰਹੇ ਨੇ ਜੀ ਕੀ ਗੱਲ ਹੈ ਮਤਲਬ ਤੁਸੀਂ ਸਾਡੇ ਲਈ ਇਸ ਤਰ੍ਹਾਂ ਕਰੋ ਭਾਵੇਂ ਬਨੈਣ ਪਾ ਕੇ ਆ ਜਾਓ ਅੱਛਾ ਲੋਕਾਂ ਨੇ ਤਾਂ ਵਾਜਾ ਸੁਣਨਾ ਨਾ ਸਹੀ ਕੀ ਪਹਿਲੇ ਤੁਹਾਨੂੰ ਕੋਈ ਉਮੀਦ ਨਹੀਂ ਸੀ ਬੱਚੇ ਹੋਣ ਦੀ ਕੀ ਗੱਲ ਤੁਸੀਂ ਕਿ ਪੈਸੇ ਪੂਸ ਨਹੀਂ ਪਹਿਲਾਂ ਜੋੜੇ ਨਹੀਂ ਨਹੀਂ ਉਹ ਅਚਾਨਕ ਹੋ ਪਿਆ ਬੱਚਾ ਮਤਲਬ ਨਹੀਂ 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 ਅਚਾਨਕ ਨਹੀਂ ਖਾਨ ਸਾਹਿਬ ਤੁਹਾਨੂੰ ਪਤਾ ਹਾਲਾਤ ਅੱਜ ਕੱਲ ਕਿਹੜੇ ਜਾ ਰਹੇ ਅਚਾਨਕ ਹੀ ਹੋਇਆ ਉਹ ਤਿਆਰੀ ਕਰਦੇ ਕਰਦੇ ਵੀ ਤੁਹਾਨੂੰ ਪਤਾ ਚੰਗਾ ਫੁੱਲਾ ਖਰਚਾ ਹੋ ਜਾਂਦਾ ਪੈਸੇ ਚੰਗੇ ਫੁੱਲ ਲੱਗ ਜਾਂਦੇ ਅੱਛਾ ਜੀ ਨਹੀਂ ਫਿਰ ਪੈਸੇ ਨਹੀਂ ਕੱਟ ਰਹੇ ਚਲੋ 30 ਰੁਪਏ ਤੁਹਾਨੂੰ ਹੋਰ ਘਟਾ ਦਿੰਨੇ ਆ ਕਿੰਨੇ 30 ਰੁਪਏ ਆ ਮੈਂ ਉਹਦੋਂ ਸਿਗਰਟ ਨਾ ਪੀਏਗਾ ਹੈ ਨਹੀਂ ਨਹੀਂ ਖਾਨ ਸਾਹਿਬ ਘਟਾ ਜੇ ਹੋ ਜਾ ਬੱਚੇ ਉਨੇ ਹੀ ਪੈਸੇ ਘਟਾਉਣੇ ਨਾ ਤੁਸੀਂ ਯਾਰ ਖਾਨ ਸਾਹਿਬ ਤੁਸੀਂ ਗੱਲ ਸਮਝ ਨਹੀਂ ਰਹੇ ਜੀ ਜੀ ਆਉਣਾ ਕਹਦੇ ਤੁਸੀਂ ਭਲਾ ਚਲੋ ਬਾਜੀ 10000 ਤੁਹਾਨੂੰ ਕਿਹਾ ਨਾ ਤੁਸੀਂ ਜਿਹੜਾ ਅਸੀਂ ਸ਼ਾਨ ਨਾਲ ਤੁਹਾਡੇ ਘਰ ਬਣ ਫਣ ਕੇ ਆਣਾ ਸੀ ਉਹ ਨਹੀਂ ਆਵਾਂਗੇ ਤੁਸੀਂ ਰੁਪਿਆ 7000 ਰੁਪਿਆ ਦੇ ਦੇਣਾ ਅਸੀਂ ਇੱਥੋਂ ਪੈਦਲ ਹੀ ਤੁਰ ਕੇ ਆਈਆਂ ਵਾਹ ਵਾਹ ਆ ਬਹੁਤ ਚੰਗਾ ਗੱਡੀ ਨਹੀਂ ਕਰਾਂਦੇ ਆ ਵੇਖੋ ਨਾ ਕੀ ਗੱਲ ਮੱਲੇਦਾਰ ਤੁਸੀਂ ਅਸੀਂ ਜਨਾਬ ਪੈਦਲ ਆਈਆਂਗੇ ਤੁਹਾਡੇ ਨਾਲ ਠੀਕ ਹੈ ਨਾ ਆਹ ਇੰਨੀ ਗੱਲ ਇੰਨੀ ਜਿਹੀ ਗੱਲ ਹੈ ਖਾਸ ਇਹ ਵੱਡਾ ਟੋਲ ਵੀ ਨਾਲ ਆਏਗਾ ਜੀ ਬਿਲਕੁਲ ਵੱਡਾ ਟੋਲ ਆਏਗਾ ਤੇ ਅੱਛਾ ਅਗਰ ਇਹ ਕੱਢ ਦਈਏ ਵਿੱਚੋਂ ਤੇ ਫਿਰ ਕਿੰਨੇ ਪੈਸੇ ਆਦਾ ਉੱਥੇ ਭਾਜੀ ਕੀ ਪ੍ਰਾਤ ਵਜਾ ਕੇ ਜੰਜ ਕਰਨੀ
ਕੰਮ ਖਰਚ ਬਾਲਣ ਸੀ ਹੈ ਜੀ ਬਿਲਕੁਲ ਸਹੀ ਹੈ ਜੀ ਤੇ ਆ ਵੱਡਾ ਟੋਲ ਵੀ ਕਰਦੇ ਵਿੱਚੋਂ ਤੇ ਬੰਦਾ ਵੀ ਕਰਦੇ ਫਿਰ ਕਿਨੇ ਪੈ ਮਰੋ ਖਾਨ ਸਾਹਿਬ ਭਾਜੀ ਮਰੋ ਅੱਲਾ ਕਰਕੇ ਅੱਲਾ ਤੁਹਾਡੀ ਲਾਸ਼ ਹੋਵੇ ਪਹਿਲੇ ਕੰਮ ਤੇ ਮੈਨੂੰ ਕਢਾਉਣ ਲੱਗਿਓ ਭਾਜੀ ਇਹੋ ਜਿਹੇ ਗਾਹਕ ਨੂੰ ਅੱਲਾ ਭਲਾ ਕਰੇ ਇਹਨੂੰ ਕੱਢੋ ਇੱਥੋਂ ਤੇਰੇ ਭਾਮੀ ਜੀ ਤੇ ਮਹੀਨੇ ਤੋਂ ਭੁੱਖਾ ਬੈਠਾ ਕੰਮ ਦੀ ਆਸ ਲਾਈ ਬੈਠਾ ਕਰਮਾ ਆ ਲਿਓ ਤੁਸੀਂ ਆਏ ਤੇ ਤੁਸੀਂ ਨਹੀਂ ਬਾਹਰ ਕੱਢਦਾ ਮੈਂ ਸਮਝ ਲਿਆ ਸਾਂ ਉਦੋਂ ਦਾ ਮੈਂ ਸਮਝ ਰਿਹਾ ਸਾਂ ਕਿ ਨਹੀਂ ਨੈਸ਼ ਮੈਨੂੰ ਯਕੀਨ ਹੋ ਗਿਆ ਕਿ 110% ਨੈਸ਼ ਹੈ ਆਈ ਰੋਦੀ ਨਾ ਟਕਰਾਵ ਯਾਰ ਗਾਹਕ ਯਾਰ ਵੇਖੋ ਤੁਸੀਂ ਗਾਹਕ ਨੂੰ ਕਹਿ ਰਹੇ ਹੋ ਯਾਰ ਤੂੰ ਗਾਹਕ ਨੂੰ ਕਹਿ ਰਹੇ ਹੋ ਫਿਰ ਮੱਲੇਦਾਰ ਨੇ ਉਤੋਂ ਕਿਹਾ ਉਹ ਖਾਨ ਸਾਹਿਬ ਮੈਨੂੰ ਹੀ ਕੱਢੀ ਜਾ ਰਿਹਾ ਪਹਿਲੇ ਕੰਮ 'ਚ ਤੇ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਖਾਧੀ ਨਾ ਤੈਨੂੰ ਪਿਛਲੇ ਕੰਮ ਤੋਂ ਵੀ ਉਹਨਾਂ ਨੇ ਕੱਢਤਾ ਸੀ ਯਾਦ ਨਹੀਂ ਖਾਨ ਸਾਹਿਬ ਉਹ ਤੇ ਮੈਂ ਕਿਸੇ ਵਜ੍ਹਾ ਤੋਂ ਕੱਢਿਆ ਸੀ ਤੇ ਨਾ ਬਹੁਤੀ ਰੋਟੀ ਖਾਂਦਾ ਨਾ ਉਹ ਉਲਟੀਆਂ ਹੁੰਦੀਆਂ ਅੱਛਾ ਹੁਣ ਖਾਨ ਸਾਹਿਬ ਗੱਲ ਇਹ ਆ ਅੱਛਾ ਇਹ ਤੇ ਹੋ ਗਿਆ ਇਹਦਾ ਮਾਮਲਾ ਮੁੰਡੇ ਵਾਲਾ ਚਲੋ ਵੀ ਤੈਅ ਕਰ ਲੈਂਦੇ ਆ ਉਹਨਾਂ ਦੇ ਤੁਸੀਂ ਮੱਲੇਦਾਰੀ ਜੁਈ ਤੇ ਛੋਟੇ ਭਰਾ ਦਾ ਨਿਕਾਹ ਵੀ ਅਗਲੇ ਜਮੇ ਓ ਬਿਸਮਿਲਲਾਹ ਵਾਹ ਵਾਹ ਐ ਐ ਹੀ ਤੁਰ ਮੈਂ ਆਹ ਬਿਸਮਿਲਲਾਹ ਇਹ ਗੱਲ ਹੀ ਫੋਨ ਉਹਨਾਂ ਦੀ ਹਾਂ ਭਾਈ ਜਾਨੀਆ ਅਗਲਾ ਕੰਮ ਵੀ ਉਹਨਾਂ ਨੇ ਦੇਖਤਾ ਹੁਣ ਮੰਨੀ ਪੈਣ ਬਿਸਮਿਲਲਾਹ ਜੀ ਬਿਸਮਿਲਲਾਹ ਹੈ ਆਈ ਰੋਕ ਨਹੀਂ ਕਰਾਣੀ ਓ ਬਿਸਮਿਲਲਾਹ ਜੀ ਖਾਤਰ ਦੀ ਦੇ ਰੋ ਖਾਰ ਹੋ ਤੁਹਾਡੀ ਜੀਵੋ ਪੇ ਤੇ ਅਗਲੇ ਜੰਜ ਤੇ ਮੈਨੂੰ ਬੁਲਾ ਲੈਣਾ ਹਾਂਜੀ ਜੰਜ ਤੇ ਬੁਲਾ ਲੈ ਬੇਫਿਕਰ ਹੋ ਜਾ ਤੁਸੀਂ ਖਾਤਰ ਜੀ ਉਹ ਮੈਂ ਵੀ ਸ਼ੁਗਰ ਲੱਗਾ ਯਾਰ ਭਰਾ ਤੁਸੀਂ ਹਾਂ ਬਿਸਮਿਲਲਾਹ ਅੱਛਾ ਤੇ ਉਹ ਜੁਮੇ ਵਾਲੇ ਦਿਨ ਦੀ ਜੀ ਉਹ ਬਰਾਤ ਜਾਣੀ ਹਾਂਜੀ ਹਾਂਜੀ ਵਾਹ ਐਸੇ ਐਸੇ ਕਿ ਮੈਨੂੰ ਆ ਜਿਹੜਾ ਜੁਮਾ ਆ ਦੋ ਤਰੀਕ ਵਾਲਾ ਅਗਲਾ ਜੁਮਾ ਆ ਦੋ ਤਰੀਕ ਵਾਲਾ ਵਾਹ ਵਾਹ ਦੋ ਤਰੀਕ ਵਾਲਾ ਜੁਮਾ ਠੀਕ ਠੀਕ ਤੇ ਨੇੜੇ ਹੀ ਨੇੜੇ ਉਹ ਬਿਸਮਿਲਲਾਹ ਹੈ ਹੈ ਨਿਕਾਹ ਤੇ ਆਉਣਾ ਤੁਸੀਂ ਵਾਜਾ ਲੈ ਕੇ ਕਿਆ ਵਾਹ ਉਹ ਬਿਸਮਿਲਲਾਹ ਤੇ ਫਿਰ ਸ਼ਗਰ ਵਾਲਾ ਦਿਨ ਤੁਹਾਡੇ ਕੋਲ ਸੁਭਾਨ ਵਾਹ ਮੌਲਾ ਕੀ ਸਾਥ ਦਾ ਹੋਏਗਾ ਜੀ ਇਹ ਤੇ ਫਿਰ ਵੱਡਾ ਕੰਮ ਹੈ ਔਰ ਬੱਚੇ ਤੋਂ ਨਿਕਲ ਕੇ ਵੱਡੇ ਭਾਈ ਦਾ ਕੰਮ ਜੀ ਜੀ ਕਿ ਤਾਂ ਉਹ ਤੋਂ 12 ਮੰਗਿਆ ਤੇ ਹੁਣ 15000 ਰੁਪਏ ਲੱਗੇਗਾ ਤੁਹਾਡੀ 15000 ਹਾਂਜੀ ਉਹ ਵੀ ਮੱਲੇਦਾਰੀ ਦਾ ਕਰਕੇ ਅੱਛਾ ਗੱਲ ਪਤਾ ਕੀ ਹੈ ਜੀ ਜੀ ਭਰਾ ਸਾਡਾ ਦਾ ਕੋਈ ਕੰਮ ਸ਼ਬ ਨਹੀਂ ਕੋਈ ਕਰਦਾ ਖਾਸ ਉਹ ਕਿ ਸ਼ੁਰੂ ਨੂੰ ਵਿਹਲਾ ਹੀ ਬਹੁਤ ਹੈ ਹੈ ਤੇ ਸਾਡੀ ਜ਼ਿੰਮੇਵਾਰੀ ਨੂੰ ਕੰਮ ਕੰਮ ਤੇ ਲਵਾਓ ਤੁਸੀਂ ਤੇ ਪੈਸੇ ਕੁਝ ਘਟਾ ਲਓ ਜਾ ਪਤਾ ਨਹੀਂ ਖੁਸ਼ੀ ਨਾਲ ਨਹੀਂ ਵਿਆਹ ਦਿੱਤੇ ਪਿਆ ਉਹ ਗੱਲ ਕੋਈ ਅੱਛਾ ਅੱਛਾ ਜੀ ਤੁਸੀਂ ਹੋਵੇ ਫਿਰ ਤੁਹਾਨੂੰ 25 ਵੀ ਦੇ ਦੀ ਹਾਂ ਇਹ ਵੀ ਗੱਲ ਹੈ ਵੀ ਫਿਰ ਰਹਿਣ ਦਿਓ ਕਿਉਂ ਵੀ ਆਉਂਦੇ ਜੀ ਏਡੀ ਤੁਹਾਨੂੰ ਚਾਹ ਹੀ ਨਹੀਂ ਕੋਈ ਭਰਾ ਨਾ ਤੇ ਨਹੀਂ ਯਾਰ ਵਿਆਹਣਾ ਦੇ ਪੈਣਾ ਨਾ ਤੇ ਕਾਲੀ ਜਮਦੇ ਜਵਾਨ ਬੰਦਾ ਬੱਲੇ ਤੂੰ ਕਲਾਮ ਆਜੇ ਕੌਣ ਤੇ ਮੇਰਾ ਕੀ ਤਰ੍ਹਾਂ ਫੇਰ ਤੇ ਜਨਾਬ ਅਸੀਂ ਗਾਣੇ ਚ ਜਾਵਾਂਗੇ ਵੇਲੇ ਯਾਰ ਦੇ ਬੰਨ ਲੈ ਸੇਰੇ ਆਹ ਹਾਏ 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 ਕੀ ਖਿਆਲ ਹੈ ਵੇਲੇ ਫਿਰਦੇ ਨੇ ਚਾਰ ਚ ਫੇਰੇ ਤੇ ਚੋਕਾਂ ਵਿੱਚ ਪੈਣ ਜੁੱਤੀਆਂ ਆਹ ਕੀ ਖਿਆਲ ਹੈ ਤੁਸੀਂ ਗਾਣਾ ਚੇਂਜ ਕਰਕੇ ਬਜਾਵਾਂਗੇ ਵੇਲਾ ਸਾਡਾ ਯਾਰ ਲੋ ਜੀ ਖਾ ਦੋ ਵੇਲਾ ਸਾਡਾ ਯਾਰ ਤੁਹਾਡਾ ਮੇਰਾ ਡਾਨੇ ਆ ਗਾਣਾ ਕੱਢ ਕੇ ਉਹ ਬੱਚਿਆਂ ਵਾਲਿਆ ਕਿ ਆਈ ਰੋਜ਼ੀ ਮੋੜਨ ਦੇ ਆ ਕਿਹੜੀ ਗੱਲ ਗਾਹਕ ਦੀ ਹਾਂ ਸ਼ਾਮ ਲਾਈ ਦਿੰਦੀ ਉਹ ਕੰਮ ਕਰੋ ਜੀ ਕੀ ਕਰ ਰਹੇ ਹੋ ਸਾਨੂੰ ਗੱਲ ਪਤਾ ਕਿ ਅਗਰ ਤੁਸੀਂ ਪੈਸੇ ਘਟਾ ਲਓਗੇ ਨਾ ਥੋੜੇ ਹਾਂ ਜ਼ਿੰਮੇਵਾਰੀ ਸਾਡੀ ਵੀ ਸੁਣ ਲਓ ਅੱਛਾ ਹਰ ਕਿਸਮ ਦੀ ਜ਼ਿੰਮੇਵਾਰੀ ਸਾਡੀ ਬਿਸਮਿਲਲਾ ਠੀਕ ਹੈ ਜੀ ਤੁਸੀਂ ਬਰਾਤ ਬਿਲਕੁਲ ਗਲੀ ਦੇ ਸੈਂਟਰ 'ਚ ਲੈ ਕੇ ਜਾਣੀ ਵਾਹ ਇਹ ਕੀ ਗੱਲ ਹੈ ਜੀ ਤੁਹਾਡੇ ਅਕਸਰ ਕਿਸੇ ਨਾ ਕਿਸੇ ਬੰਦੇ ਦਾ ਪੈਰ ਨਾਲ ਹੀ ਜਾਂਦਾ ਹੀ ਜਾਂਦਾ ਤੇ ਤੁਹਾਡਾ ਕੰਮ ਹੈ ਤੁਸੀਂ ਬੰਦ ਕਿਉਂ ਨਹੀਂ ਕਰਾਈਆਂ ਓ ਨੋ ਨਹੀਂ ਨਹੀਂ ਸਾਡੇ ਬੱਲੇ ਚਾਹੇ ਨਾ ਨਾਲੀਆਂ ਦੇ ਅੱਛਾ ਉਹ ਤੇ ਪੈਪਾ ਸਿਸਟਮ ਨਹੀਂ ਅੱਛਾ 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 ਸੇਵਰੀ ਦਾ ਨਹੀਂ ਨਾ ਸਾਡੇ ਪੈਗਾ ਉਹ ਸਾਡੀ ਉਹ ਤੁਸੀਂ ਟੈਨਸ਼ਨ ਨਾ ਲਵੋ ਠੀਕ ਹੈ ਸਾਡੇ ਸਾਰੇ ਬੰਦੇ ਬਿਲਕੁਲ ਅੱਖਾਂ ਉਹਨਾਂ ਦੀਆਂ ਸਹੀ ਨੇ ਉਹ ਵੇਖੋ ਜਰਾ ਇੱਧਰ ਵੇਖਣਾ ਬਰਾਤ ਜਨਾਬ ਸੈਂਟਰ 'ਚ ਜਾਏਗੀ ਅਸੀਂ ਨਾਲ ਇੰਚੀ ਟੇਪ ਰੱਖੀ ਹੋਏਗੀ ਕੋਈ ਇੱਧਰ ਉੱਧਰ ਨਹੀਂ ਕੰਮ ਹੋਏਗਾ ਮਤਲਬ ਲੱਗੇਗਾ 15 ਦਾ ਅੱਲਾ ਤੁਹਾਡਾ ਪਲਕ ਹੈ ਜੀ ਹਾਂਜੀ ਨਹੀਂ ਪੈਸੇ ਘਟਾ ਲੋ ਦੇਖੋ ਅਸੀਂ ਇੰਨਾ ਇੰਤਜ਼ਾਮ ਕਰਨਾ ਤੁਹਾਡੇ ਲਈ ਅਸੀਂ ਪੂਰੇ ਮੱਲੇ 'ਚ ਕੋਸ਼ਿਸ਼ ਕਰਾਂਗੇ ਕਿ ਜਦੋਂ ਤੁਸੀਂ ਆਓ ਨਾ ਬਰਾਤ ਲੈ ਵਾਜਾ ਲੈ ਕੇ ਅੱਛਾ ਜੀ ਤੇ ਕੋਈ ਮਸਲਾ ਕਿ ਗਲੀ 'ਚ ਕੋਈ ਕੁੱਤਾ ਨਾ ਫਿਰਦਾ ਹੋਵੇ ਕਿਉਂਕਿ ਤਾਂ ਲੋਕ ਪ੍ਰੋਬਲਮ ਹੁੰਦੀ ਨਾ ਜੇ ਤੂੰ ਨਹੀਂ ਜੀ ਉਹ ਪਿੰਡਾ ਬਹੁਤ ਬੁਰਾ ਵਾਜੇ ਨਹੀਂ ਨਹੀਂ ਉਸ ਦਿਨ ਤੇ ਤੁਸੀਂ ਮਾਸ਼ਾਅੱਲਾ ਕੱਪੜੇ ਕੁਪੜੇ ਪਾ ਕੇ ਫਿਰਨਾ ਉਸ ਦਿਨ ਤੁਸੀਂ ਨਹੀਂ ਨਹੀਂ ਮੈਂ ਨਹੀਂ ਫੜਨਾ ਕੁੱਤਾ ਕਿੱਧਰ ਲਗਾ ਜਾਂਦਾ ਤੂੰ ਮੈਂ ਕੁੱਤਾ ਨਹੀਂ ਫੜਨਾ ਨਾ 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 ਹੁਣ ਮੈਂ ਇੱਕ ਵਾਰੀ ਹੱਥ ਲਾ ਲਿਆ ਉਹ ਪੜਨਾ ਨਹੀਂ ਤੁਹਾਡੇ ਵਿਆਹ ਤੇ ਵੇਲਾ 150 ਦੀ ਕੋ 500 ਦੀ ਵੇਲ ਵੀ ਸਾਨੂੰ ਹੋਏਗੀ ਅਸੀਂ ਤੁਹਾਡਾ ਪੇਮੈਂਟ ਚ ਪਿਆਰ ਕਰ ਦਿੰਦੇ ਮੈਂ ਤੁਹਾਡਾ ਡਨ ਕਰ ਲਾਂਗਾ ਕਰ ਹਾਂਜੀ ਕੰਮ ਕਰੋ ਜਨਾਬ ਤੁਹਾਡੇ ਆਉਣ ਤੇ ਜਨਾਬ ਗਲੀ ਚ ਮਾਝ ਨਹੀਂ ਖੁੱਲੇਗੀ ਉਹ ਜੇ ਤੁਹਾਨੂੰ ਪਤਾ ਖੁੱਲ ਜਾਂਦਾ ਹਾਂਜੀ ਹਾਂਜੀ ਤੁਹਾਡੇ ਮੱਲੇ ਰੱਖੀਏ ਨਾ ਜੀ ਉਹਨਾਂ ਨੇ ਮਾਝ ਸਾਡੇ ਨਾਲ ਤੇ ਵੈਸੇ ਹੀ ਵੈਰ ਹੈ ਉਹਨਾਂ ਦਾ ਮਾਝ ਵੀ ਨਹੀਂ ਖੁੱਲੇਗੀ ਅੱਛਾ ਅਗਲੀ ਠੀਕ ਹੈ ਜੀ ਤੁਹਾਡੇ ਤੋਂ ਕੋਈ ਬੰਦਾ ਰੋਟੀ ਤੋਂ ਪਹਿਲੇ ਬਿਸਕੁਟ ਨਹੀਂ ਖਾਏ ਲੋ ਵੀ ਹੋਣਾ ਐਸੀ ਤੇ ਨਹੀਂ ਦੱਸਿਆ ਤੁਹਾਨੂੰ ਹਾਂਜੀ ਕੋਈ ਬੰਦਾ ਬਿਸਕੁਟ ਨਹੀਂ ਖਾਏ ਵਾਹ ਰੋਟੀ ਖਾਦਾ ਵੇਖੋ ਨਾ ਸਾਡੇ ਕੋਲ ਆਏ ਹੋ ਹਾਂ ਬਿਸਕੁਟ ਰੋਟੀ ਸਾਡਾ ਫੜ ਕੇ ਆਣਗੇ ਯਾਰ ਤੁਹਾਨੂੰ ਰੋਟੀ ਖਵਾਏ ਨਿੰਮਕੋ ਖਾ ਸਕਨੇ ਜਨਾਬ ਹੈ ਨਿੰਮਕੋ ਜੀ ਨਾਲ ਫਿਰ ਰਾਜੀਗੜ ਡੱਬੇ ਚ ਕੁਝ ਲਾ ਕੇ ਵੀ ਜਾਓ ਗਲੀ ਨੂੰ ਕੋਰੋ ਤੜਾ ਗੁਜ਼ਾਰਾ ਹੁੰਦਾ ਨਹੀਂ ਮੈਨੂੰ ਪਤਾ ਨਾ ਨਹੀਂ ਨਹੀਂ ਬੱਚੇ ਵਾਲੇ ਅਸੀਂ ਤੇ ਐਵੇਂ ਹੀ ਬਦਨਾਮ ਆ ਅੱਛਾ ਹਾਂ ਅਸੀਂ ਰੋਟੀ ਨਹੀਂ ਛੱਡਦੇ ਹੈ ਲੋ ਇੰਨੀ ਗੱਲ ਖਾ ਸਭ ਦੂਸਰੀ ਗੱਲ ਇਹ ਹੈ ਅੱਛਾ ਕੋਈ ਬੰਦਾ ਤੁਹਾਡੇ ਸਭ ਕਿੰਨੂੰ ਲੈ ਕੇ ਨਹੀਂ ਫਿਰੇਗਾ ਉੱਥੇ ਕਿ ਉਹਨਾਂ ਨੇ ਵੀ ਇਮਰੀ ਲੈ ਕੇ ਆ ਗਿਆ ਕੁਝ ਉਹ ਕਿਸੇ ਨੇ ਕੋ ਫਾੜੀ ਕੱਢ ਲਈ ਹਾਂ ਉਹਨਾਂ ਨੂੰ ਪਤਾ ਮੂੰਹ ਚ ਪਾਣੀ ਆ ਜਾਂਦਾ ਵਜਾਂਦੇ ਆ ਐਸਾ ਮਾਮਲਾ ਨਹੀਂ ਹੋਇਆ ਅੱਛਾ
ਚਲੋ ਜਨਾਬ ਤੁਹਾਡੇ ਕਿਸੇ ਬੰਦੇ ਦਾ ਕੋਈ ਬੰਦਾ ਪਿਆਰ ਨਹੀਂ ਮਿਲੇਗਾ ਸਾਡੀ ਤੋਂ ਤੁਹਾਨੂੰ 5000 ਰੁਪਏ ਲੈਸ ਕਰਤਾ ਖਾਦਾ ਤੁਹਾਡੀ ਇੱਕ ਗੱਲ ਮੈਨੂੰ ਬਹੁਤ ਅੱਛੀ ਲੱਗੀ ਜੀ ਬਿਸਮਿਲ੍ਲਾ ਮਾਸ਼ਾਅੱਲਾ ਗਾਹਕ ਤਾਂ ਤੁਸੀਂ ਇੰਨਾ ਖਿਆਲ ਕਰਦੇ ਹੋ ਕਿ ਚਾਹ ਪਾਣੀ ਮਗਰ ਅੱਛਾ ਜੀ ਪੁੱਤਰ ਪਾਣੀ ਨੂੰ ਕੀ ਲਾਦਾ ਦੇ ਦੇ ਭਾਵੇਂ ਥੱਲੇ ਸਲਵਾਰਾਂ ਪਾ ਲਓ ਤੇ ਸ਼ਰਟਾਂ ਪਾ ਹਾਂ ਜੀ ਅਸੀਂ ਠੀਕ ਹੈ ਤੁਹਾਡੀ ਮੇਰੀ ਡਨ ਹੋ ਗਈ ਤੁਸੀਂ ਕਿੰਨਾ ਗਿਆ 15 ਹਾਂ ਜੀ ਤੁਹਾਨੂੰ 10 ਕਰਤਾ ਜੀ ਪੈਂਟਾ ਕੱਢ ਗਈ ਲੋ ਜੀ ਮੈਂ ਤੁਹਾਨੂੰ 15 ਹੀ ਦਿਆਂਗਾ ਓਏ ਹੋ ਗਿਆ ਭਲੇ ਹੁਣ ਬੱਚੇ ਹਾਲ ਯਾਰ ਇਹ ਤਾਂ ਕੋਈ ਗੱਲ ਨਾ ਹੋਏ ਓ ਬਿਸਮਿਲ੍ਲਾ ਜੀ ਮੇਰੇ ਭਰਾ ਹੁਣ ਤਾਂ ਯਾਰ ਤੇ ਕੋਈ ਗੱਲ ਹਾਂ ਕੇ ਜਾਵਾ ਜੀਓ ਪੇ ਖਾਲਸਾ ਅਰਨੇ ਹੈ 15 ਦਾ ਹਰ ਤੁਹਾਡਾ ਮੇਰਾ ਡਨ ਹੈ ਜੀ ਵਾਹ ਲੇਕਿਨ ਉੱਤੋਂ ਜਿਹੜੇ ਹੋਣਗੇ ਨਾ ਜੀ ਹਾਂ ਜੀ ਹਾਂ ਜੀ ਉਹ ਸਾਡੇ ਜਿਹੜੇ ਪੈਸੇ ਲਟਾਉਣੇ ਨੇ ਉਹ ਲੁੱਟਣ ਵਾਲੇ ਬੱਚੇ ਵੀ ਸਾਡੇ ਤੁਸੀਂ 15 ਲਓ ਮੈਂ ਤੁਹਾਨੂੰ ਕਿਹਾ ਸੀ ਨਾ ਖਾਨ ਸਾਹਿਬ ਇਹ ਕੋਈ ਹੈ ਥਾੜ ਵਾਲੀ ਸਾਈਡ ਦਾ ਵਾਜਿਆ ਆ ਰਾਜੇ ਆ ਮੈਨੂੰ ਕੋਈ ਇਹੋ ਜਿਹਾ ਕੰਮ ਲੱਗ ਰਿਹਾ ਉਹਨੇ ਤੁਸੀਂ ਕਿਹਾ ਸੀ ਸਾਨੂੰ ਮੁੰਡੇ ਦੀ ਖੁਸ਼ੀ ਨਹੀਂ ਹੈ ਮੁੰਡੇ ਦੀ ਖੁਸ਼ੀ ਨਹੀਂ ਤੁਹਾਨੂੰ ਨਹੀਂ ਨਹੀਂ ਵਿੱਚ ਕੋਈ ਰਿਸ਼ਤੇਦਾਰ ਹੈ ਜਿਸ ਨੂੰ ਹੈ ਅੱਛਾ ਅੱਛਾ ਉਹਦੇ ਪੈਸੇ ਸੁੱਟਣੇ ਨੇ ਲੇਕਿਨ ਉਹ ਬੱਚੇ ਸਾਡੇ ਹੋਣਗੇ ਲੁੱਟਣ ਵਾਲੇ ਇਹ ਤੁਹਾਡਾ ਸਕਾ ਭਰਾ ਹੈ ਕਿ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਤੁਸੀਂ ਤੇ ਦੂਸਰੀ ਗੱਲ ਇਹ ਵੀ ਹੈ ਹਾਂਜੀ ਉਧਰ ਆਏ ਗੌਰ ਨਾਲ ਸੁਣ ਲੈਣਾ ਜਿੱਧਰ ਅਸੀਂ ਵਿਆਹ ਜਾਣਾ ਰਾਜੀ ਜੀ ਉਹ ਕੁੜੀ ਦੀ ਪਹਿਲੀ ਕਿਤੇ ਮੰਗਣੀ ਹੋਈ ਸੀ ਹੋਰ ਜਗ੍ਹਾ ਉਹਦੇ ਚਾਚੇ ਦੇ ਘਰ ਸ਼ੁਕਰ ਸ਼ੁਕਰ ਹੋ ਜਾਂਦਾ ਤੇ ਤੁਹਾਡੇ ਦੇ ਕੋਈ ਵਿਆਹ ਬੰਦੇ ਇੱਕ ਕੁਵਾਰੇ ਬੰਦੇ ਕਿੰਨੇ ਦੇ ਵਿਆਹ ਕਿੰਨੇ ਨੇ ਇਹ ਤਕਰੀਬਨ ਸਾਰੇ ਕੁਵਾਰੇ ਹੀ ਆ ਸੀ ਨਹੀਂ ਸਾਰੇ ਕੁਵਾਰੇ ਆਏ ਹਾਏ ਜਦੋਂ ਘਰ ਜਾਂਦੇ ਉਦੋਂ ਵਿਆਹ ਹੁੰਦੇ ਬਾਹਰ ਆ ਕੇ ਕੁਵਾਰੇ ਬਾਹਰ ਕੁਵਾਰੇ ਹੀ ਆ ਸੀ ਨਹੀਂ ਕੁਵਾਰੇ ਬੰਦੇ ਰੀਅਲ ਕਿੰਨੇ ਨੇ ਤੁਹਾਡੇ ਕੋਲ ਵਿਆਹ ਬਾਰੇ ਕਿੰਨੇ ਨੇ ਸਾਡੇ ਕੋਲ ਜਨਾਬੇ ਆਲਾ 4 ਬੰਦੇ ਕੁਵਾਰੇ ਨੇ ਠੀਕ ਹੈ ਨਾ ਸਾਰਾ ਬੰਦੇ ਵਿਆਹ ਤੇ ਜਿਹੜੇ ਨੇ 6 ਬੰਦੇ ਨੇ ਵਿਆਹੇ ਬਾਰੇ ਨੇ ਤੇ 2 ਰੰਡੇ ਨੇ ਵਿੱਚ ਟੋਟਲ 12 ਆਦਮੀ 12 ਬੰਦੇ ਹਾਂਜੀ ਹੁਣ ਖਾਸ ਸਾਹਿਬ ਗੱਲ ਇਹ ਹੈ ਕਿ ਜਿਹੜੇ ਵਿਆਹ ਵਾਲੇ ਬੰਦੇ ਨੇ ਉਹਦੇ ਪਿੱਛੇ ਪਿੱਛੇ ਰੱਖਣਾ ਕਿਉਂਕਿ ਇਹਨਾਂ ਦੇ ਬੱਚੇ ਹੁੰਦੇ ਛੋਟੇ ਛੋਟੇ ਬੱਚੇ ਯਾਰ ਅੱਲਾ ਮਾਫ ਕਰੇ ਬੱਚੇ ਕੌਣ ਕਿਸੇ ਦੇ ਪਾਲਦਾ ਖਾਸ ਸਾਹਿਬ ਨਹੀਂ ਨਹੀਂ ਜੀ ਕੋਈ ਨਹੀਂ ਪਾਲਦਾ ਬੜਾ ਔਖਾ ਕੰਮ ਹੈ ਆਪਣੇ ਨਹੀਂ ਪਾਲਦੇ ਤਾਂ ਬੱਚਿਆਂ ਨੇ ਗੱਲ ਕੀ ਕਰ ਰਹੇ ਹੋ ਖੁਸ਼ੀਆਂ ਦਾ ਟਾਈਮ ਹੈ ਕਿੱਧਰ ਦੀਆਂ ਗੱਲਾਂ ਤੁਸੀਂ ਸ਼ੁਰੂ ਕਰ ਜਿਹੜੇ ਕੋ ਤੁਹਾਡੇ ਕੋ ਵਿਆਹ ਵਾਲੇ ਬੰਦੇ ਨੂੰ ਪਿੱਛੇ ਰੱਖਣਾ ਅੱਛਾ ਕੁਵਾਰੇ ਬੰਦੇ ਅੱਗੇ ਰੱਖ ਲੈਣਾ ਬਾਕੀ ਗਰੰਟੀ ਸਾਡੀ ਹਰ ਕਿਸਮ ਦੀ ਅਸਲ ਤੇ ਰੌਲਾ ਪਤਾ ਕੀ ਹੈ ਅੱਛਾ ਉਹ ਕੁੜੀ ਪਹਿਲੇ ਕਿਤੇ ਮੰਗੀ ਸੀ ਅੱਛਾ ਆਪਣੇ ਚਾਚੇ ਦੇ ਘਰ ਅੱਛਾ ਅੱਛਾ ਖੈਰ ਉਹਨਾਂ ਦੀ ਆਪਸ ਨਹੀਂ ਨਹੀਂ ਵੀ ਤੁਹਾਨੂੰ ਪਤਾ ਖਾਨਦਾਨਾਂ ਦੇ 100 ਮਾਮਲੇ ਠੀਕ ਉਹ ਮੰਗਣੀ ਟੁੱਟ ਗਈ ਸੀ ਅੱਛਾ ਉਹ ਰਿਸ਼ਤਾ ਲੈ ਰਿਹਾ ਅਸੀਂ ਅੱਛਾ ਉਹ ਹੁਣ ਉਹਦਾ ਜਿਹੜਾ ਚਾਚਾ ਨਾ ਜੀ ਉਹ ਥੋੜਾ ਆਇਆ ਉਹਦੇ ਪਰਿਵਾਰ ਭਾਈ ਇਹ ਤੇਰਾ ਭਲਾ ਹੋਵੇ ਮੇਰੀ ਗੱਲ ਤਾਂ ਸੁਣੋ ਨਾ ਭਾਈ ਯਾਰ ਨਹੀਂ ਉਹ ਕੋਈ ਸੀ ਗੱਲ ਨਹੀਂ ਸੀ ਜ਼ਿੰਮੇਦਾਰ ਆ ਓਏ ਐਸੀ ਗੱਲ ਨਹੀਂ ਭਾਈ ਜੀ ਗੱਲ ਤੁਸੀਂ ਵੇਖੋ ਕਿਹੜੀ ਕਿ ਸਾਨੂੰ ਏਡੀ ਰੋਜ਼ੀ ਕੀ ਚਾਹੀਦੀ ਮਦਦ ਨਹੀਂ ਨਹੀਂ ਗੱਲ ਨਹੀਂ ਸੀ ਕੋਈ ਹਾਲੇ ਸਿਰਫ ਉਹਨਾਂ ਨੇ ਇਹਨੇ ਕਿਹਾ ਕਿ ਤੁਸੀਂ ਬਰਾਤ ਲੈ ਕੇ ਆਓ ਤੁਸੀਂ ਵੇਖ ਲਓ ਸਿਰਫ ਇੰਨੀ ਉਹਨਾਂ ਨੇ ਗੱਲ ਕੀਤੀ ਅੱਛਾ ਇਹਨਾਂ ਕੁ ਵੇਖ ਲਾ ਤੇ ਕੋਈ ਸੀ ਗੱਲ ਨਹੀਂ ਐਂਬੂਲੈਂਸ ਤੁਹਾਡੇ ਨਾਲ ਹੋਈ ਦੋ ਐਂਬੂਲੈਂਸ ਆ ਗਈਆਂ ਤੇਰਾ ਖਾਦਾ ਬੱਚੇ ਵਾਲੇ ਪਹਿਲਾਂ ਤੇ ਮੈਂ ਪੈਂਟਾ ਕੱਢਦੀਆਂ ਸੀ ਹੁਣ 50,000 ਰੁਪਇਆ ਲੱਗੇਗਾ ਕਾਹਦਾ ਲੋਹੇ ਦੀਆਂ ਪੈਂਟਾਂ ਬਣਾਉਣੀਆਂ ਮਾਸਬ ਤੁਸੀਂ ਜਾਣਾ ਹੈ 50,000 ਲੈ ਕੇ ਵੀ ਆਏ ਹੈ ਸੀ ਕਾਤਲਾਨਾ ਜੰਜ ਕੀ ਹੋ ਗਿਆ ਤੁਹਾਨੂੰ ਨਹੀਂ ਨਹੀਂ ਐਸਾ ਮਸਲਾ ਨਹੀਂ ਐਂਬੂਲੈਂਸ ਨਾਲ ਹੋਏਗੀ ਦੋ ਡਾਕਟਰ ਹੋਣਗੇ ਅੱਛਾ ਕੋਈ ਇਸ ਗੱਲ ਨਹੀਂ ਆਲੇ ਦੁਆਲੇ ਮੁੰਡੇ ਤੁਹਾਡੇ ਹੋਣਗੇ ਅਗਰ ਖੁਦਾ ਨਾ ਖਾਸਤਾ ਕੋ ਬੰਦਾ ਜ਼ਖਮੀ ਹੁੰਦਾ ਚੁੱਕ ਕੇ ਲੈ ਕੇ ਜਾਵਾਂਗੇ ਸਾਡੀ ਜ਼ਿੰਮੇਵਾਰੀ ਤੁਹਾਡਾ ਭਰਾ ਖੁਦਕਸ਼ੀ ਹਮਲਾਵਰ ਹੈ ਕੀ ਹੋ ਗਿਆ ਮਰੇ ਖਾਸਾ ਤੁਹਾਨੂੰ ਪੈਸੇ ਨਹੀਂ ਦੇ ਰਹੇ ਜੀ ਪੈਸੇ ਤਾਂ ਦੇ ਰਹੇ ਸੀ ਮੈਂ ਸੀ ਕੀ ਦੱਸਣਾ ਚਾਹੁੰਦੇ ਕਿ ਤੁਸੀਂ ਮਨਾ ਕੀਤਾ ਜੀ ਤਾਂ ਕਹਿੰਦੇ ਤੇ ਨਹੀਂ ਨਾ ਤੁਸੀਂ ਦੇ ਰਹੇ ਸਿਰਫ ਕੰਮ ਦੇ ਪੈਸੇ ਦੇ ਰਹੇ ਖਾਸਾ ਤੁਹਾਡੀ ਜਾਇਦਾਦ ਗੱਲ ਵੀ ਹੋਣੀ ਨਾ ਯਾਰ ਵੱਡੀਆਂ ਗੋਲੀਆਂ ਚਾ ਕੇ ਨੇ ਯਾਰ ਇਹ ਤੁਸੀਂ ਸ਼ਰੀਕੀ ਵਾਲੀ ਗੱਲ ਨਹੀਂ ਕਰ ਰਹੇ ਇਹ ਸ਼ਰੀਕੇ ਇਨਸਾਫ ਵਾਲੀ ਗੱਲ ਕਰ ਰਹੇ ਹਾਂ ਤਾਂ ਮੇਰੀ ਗੱਲ ਸੁਣੋ ਹਾਂਜੀ ਬੇਸ਼ਮਾਰ ਕਰੋ ਐਸੀ ਜੰਜ ਤੇ ਕੀ ਬਣਿਆ ਕੀ ਕਰ ਰਹੇ ਆਈ ਰੋਜ਼ੀ ਤੇ ਗੱਲ ਕਰੀਏ ਉਹਨ ਤੇ ਮਰਨ ਬਰਨ ਤੱਕ ਤੇ ਖਾਸਾ ਮੈਂ ਫਿਰ ਡਨ ਕਰ ਦਿੰਦਾ 12 ਬੰਦੇ ਤੁਹਾਡੇ ਉਹਨਾਂ ਦੇ ਕਿੰਨੇ ਹੋ ਜਾਣਗੇ 6 ਭਰਾ ਉਹ ਆਪ ਨੇ ਤੇ ਉਹਨਾਂ ਨੂੰ ਚਾਚਿਆਂ ਤਾਂ ਆਏ ਤੇ ਤਕਰੀਬਨ 25 ਜੀ ਬਣਦੇ ਉਹਨਾਂ ਦੇ ਚੱਲੇ ਬੰਬਰ ਦਾ ਮੂੰਹ ਤੇਰਾ ਮਰੇ ਹਟਦਾ ਨਹੀਂ ਤੂੰ ਨਹੀਂ ਤੁਸੀਂ ਭਾਜੀ ਤੁਸੀਂ ਵੈਸੇ ਕੋਲ ਬੈਠੋ ਸਾਡਾ ਤਰੋ ਨਿਕਲਿਆ ਉਹ ਤੋਂ ਗੱਲਾਂ ਸੁਣਾ ਕੇ ਤਰੋ ਕੱਟਦੇ ਜੇ ਕਿਹੜੀ ਗਾਹਕ ਆ ਗਿਆ ਸਾਡੇ ਕੋਲ ਮਰ ਵੀ ਭੋ ਰਿਆ ਓਹੋ ਕਿਸ ਤਰ੍ਹਾਂ ਦਾ ਤੂੰ ਕਿੰਨੀ ਸਸਤੀ ਬਦਵਾ ਦੇਈ ਜਾਂਦਾ ਤੂੰ ਮੈਂ ਬੋਲਾਂ ਕਿ 6 ਵਜੇ ਆ ਜਾਂਦੇ ਕੰਮ ਤੋਂ ਅੱਛਾ ਜੀ ਸ਼ਾਮ ਤੁਸੀਂ 6 ਵਜੇ ਨਹੀਂ ਆਉਣਾ ਆ ਬਾਅਦ ਚ ਨਵਾਉਣਾ ਨਵਾਉਣਾ ਵੀ ਹੁੰਦਾ ਹੈ ਨਾ ਆਹ ਇਹ ਤੁਹਾਡੇ ਘਰ ਚੂਹੇ ਹੈਗੇ ਨੇ ਨਹੀਂ ਖਾਸ ਸਾਡੇ ਘਰ ਚੂਹੇ ਨਹੀਂ ਗੋਲੀਆਂ ਤੇ ਹੋਣਗੀਆਂ ਉਹ ਕਿਤੇ ਫੱਕ ਕੇ ਮਰ ਜਾਓ ਨਹੀਂ 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 ਗੱਲ ਪਤਾ ਕੀ ਹੈ 6 ਵਜੇ ਆ ਜਾਣਾ ਤੁਸੀਂ ਮਤਲਬ ਕਿ ਟਾਈਮ ਕੱਢ ਕੇ ਨਾ ਹਾਂਜੀ 6 ਵਜੇ ਨਮਾਜ਼ੇ ਜਨਾਜ਼ਾ ਨਾਲ ਚੱਲਣਾ ਹੈ ਨਾ ਜੁਗਤਾ ਕਰ ਰਹੀ ਯਾਰ ਜੁਗਤਾ ਨਹੀਂ ਕਰ ਰਹੇ ਅਸੀਂ ਕਿਹੜੀਆਂ ਭੋਰੀਆਂ ਗੱਲਾਂ ਗੋਲੀ ਚੱਲਣੀ ਸਾਡਾ
ਦੁਸ਼ਮਣੀ ਚੱਲਣ ਦੀ ਨਹੀਂ ਨਹੀਂ ਉਹ ਨਿਸ਼ਾਨਾ ਕੋਈ ਅੱਛਾ ਨਹੀਂ ਉਹਨਾਂ ਦਾ ਪਹਿਲੇ ਵੀ ਦੇਖਿਆ ਉਹ ਕੋਲੋਂ ਮਾਰਨ ਤੇ ਵਾਈ ਜੀ ਬੰਦੇ ਜੀ ਇਹੋ ਤੇ ਗੱਲ ਵੀ ਰੇ ਕਿਨੂੰ ਵੱਜ ਜਾਣੀ ਉਹਨਾਂ ਦਾ ਨਿਸ਼ਾਨਾ ਨਹੀਂ ਪੱਕਾ ਨਹੀਂ ਬਾਰਾ ਬੰਦੇ ਤਾਂ ਸਿੱਧੀ ਕਰਨ ਦੇ ਉਹ ਤੇ ਮੰਨਣ ਚ ਆਂਦੀ ਗੱਲ ਤੁਸੀਂ ਪਤਾ ਕੀ ਗੱਲ ਹੈ ਤੁਸੀਂ ਇਹ ਬਹੁਤਾ ਖਿਲਰਨਾ ਨਾ ਖਿਲਾਰਨਾ ਪੋਣਾ ਮਤਲਬ ਕਿ ਇਹਦੇ ਰਹਿਣਾ ਤਾਂ ਕੋਈ ਯਾਨੀ ਇੱਕੋ ਲੈਣ ਚ ਸਾਰੇ ਕੁਰਬਾਸ਼ ਦੇਖੋ ਨਾ ਅਸੀਂ ਤੋਂ ਵੀ ਖਿਆਲ ਰੱਖਿਆ ਨਾ ਸਾਡਾ ਨਾਲ ਹੀ ਚ ਪੈਰ ਨਾ ਜਾਵੇ ਹਾਂਜੀ ਹਾਂਜੀ ਆਪਣਾ ਪਲਾਨ ਵੀ ਨਹੀਂ ਬਾਕੀ ਗਰੰਟੀਆਂ ਸਾਡੀਆਂ ਮਾਜੀ ਨਹੀਂ ਖੁੱਲੇਗੀ ਪੁੱਤਾ ਨਹੀਂ ਪਏਗਾ ਨਾਲੀ ਚ ਪੈਰ ਨਹੀਂ ਪਏਗਾ ਸਾਡੀ ਤੋਂ ਗੋਲੀ ਪੂਰੀ ਪਰਫੈਕਟ ਵੱਜੇਗੀ ਨਹੀਂ 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 ਐਂਬੂਲੈਂਸ ਵੀ ਨਾਲ ਹੋਏਗੀ ਡਾਕਟਰ ਨਾਲ ਹੋਣਗੇ ਦੇਖਣਾ ਭਾਈ ਗੱਲ ਬਿਲਕੁਲ ਠੀਕ ਕੀ ਖਿਆਲ ਅਸੀਂ ਬੱਚਿਆਂ ਦਾ ਰਿਜ਼ਕ ਲੈਣ ਨਿਕਲੇ ਆ ਤੁਸੀਂ ਸਾਨੂੰ ਅਗੋਂ ਮਾਰਨ ਦੀਆਂ ਗੱਲਾਂ ਕਰਨ ਦੇ ਹੋ ਮਾਰਸ਼ਾਲਾ ਦੀਆਂ ਗੱਲਾਂ ਕਰਨ ਦੇ ਨੇ ਉਹ ਇਹਨੂੰ ਜੰਜ ਦਿੱਤੇ ਹੀ ਕਿੰਨੇ ਇਹਨੂੰ ਇੱਥੇ ਬਣਿਆ ਹੀ ਗਾਣਾ ਉਹਲਾ ਇਹੋ ਹੀ ਚਾਹੁੰਦਾ ਸੀ ਅਸੀਂ ਮਰ ਜਾਈਏ ਜਿਹੜੀ ਗੱਲ ਇਹੋ ਚਾਹੁੰਦਾ ਅੱਲਾ ਨਾ ਕਰੇ ਯਾਰ ਮੈਂ ਦੇਖੋ ਹਾਲੇ ਤੇ ਮਰੇ ਤੇ ਨਹੀਂ ਨਾ ਨਹੀਂ ਨਹੀਂ ਜੀ ਕੋਲ ਕੋਲ ਮਾਰ ਚਲਾ ਜਿੰਨੇ ਦਿਨ ਆ ਰਿਹਾ ਉਤੋਂ ਜੁਮੇ ਦਾ ਦਿਨ ਹੈ ਸਿੱਧਾ ਹੀ ਜੰਨਤ ਦੇ ਵਿੱਚ ਨਹੀਂ ਪਲੈਨਿੰਗ ਬਣਾ ਕੇ ਕੋਈ ਵੀ ਬੰਦਾ ਕੰਮ ਤੇ ਜਾਵੇ ਉਹ ਕੰਮ ਦੇ ਦੌਰਾਨ ਇੱਕ ਮਾਮਲਾ ਬਣ ਜਾਂਦਾ ਤੇ ਬੜੀ ਵੱਡੀ ਗੱਲ ਹੈ ਨਹੀਂ 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 ਬਾਜੀ ਤੁਸੀਂ ਬਿਲਕੁਲ ਅੱਛੀ ਪਲੈਨਿੰਗ ਬਣਾ ਕੇ ਆਏ ਹੋ ਪਿੱਛੋਂ ਕਿੱਥੋਂ ਆਏ ਹੋ ਮੈਂ ਤੁਸੀਂ ਪਹਿਲੇ ਦੱਸੋ ਮੈਂ ਘਰੋਂ ਆਇਆ ਭਾਈ ਅੱਛਾ ਘਰੋਂ ਆਏ ਹੋ ਅੱਛਾ ਮੈਂ ਨਾ ਖਾਣ ਤੋਂ ਗੱਲ ਸੁਣੋ ਮੇਰੀ ਮੈਂ ਤੁਹਾਡਾ 5000 ਰੁਪਇਆ ਵਧਾ ਦੇਣਾ ਤੁਸੀਂ ਗੱਡੀ ਬੁਲਟ ਪ੍ਰੂਫ ਕਰਾ ਲਓ ਓ ਹੋ ਹੋ ਪਤਾ ਕੀ ਇੱਕ ਬੰਦੇ ਦਾ ਇੱਕ ਮਾਮਲੇ ਦਾ ਪਤਾ ਵੀ ਬਣਨਾ ਹੀ ਪੜਨਾ ਗੋਲੀ ਤੋਂ ਜਿਹੜੀ ਚੱਲਣੀ ਮੈਂ ਨਹੀਂ ਜਾਣਾ ਇਹਨੇ ਪਹਿਲੇ ਕਿਹਾ ਸੀ ਨਾ ਇਹਨੇ ਆਏ ਨਾ ਮੈਂ ਨਹੀਂ ਜਾਣਾ ਨਹੀਂ ਨਹੀਂ ਤੂੰ ਨਾਲ ਤੁਹਾਨੂੰ ਵਾਸਤਾ ਦੇ ਉਹ ਡਾਕਟਰ ਨਾਲ ਨਹੀਂ ਯਾਰ ਐਂਬੂਲੈਂਸ ਨਾਲ ਨਹੀਂ ਕਾਹਦੀ ਪਰੇਸ਼ਾਨੀ ਉਹ ਬਾਜੀ ਕਿਹਦਾ ਡਾਕਟਰ ਨਾਲ ਕਰੀ ਐਂਬੂਲੈਂਸ ਨਾਲ ਜਦੋਂ ਗੋਲੀ ਅਸੀਂ ਖਾ ਲੈਣੀ ਸਾਨੂੰ ਕੀ ਪਤਾ ਲੱਗਣਾ ਕੀ ਹੋ ਗਿਆ ਅੱਛਾ ਤੁਹਾਨੂੰ ਬਹੁਤਾ ਖਤਰਾ ਹੈ ਤੁਹਾਨੂੰ ਮੈਂ ਹੈਲਮਟ ਦਿਆਂ ਅਸੀਂ ਆਉਣਾ ਹੀ ਨਹੀਂ ਹੈਲੋ ਮਿਹਰਬਾਨੀ ਵਿੱਚ ਕੁਝ ਬੰਦੇ ਡਾਂਗਾ ਨੂੰ ਕਾਲੇ ਵੀ ਆ ਹੈਲਮਟ ਨਾਲ ਬਚਤ ਹੋਏ ਕੀ ਬਤਾ ਕਿਸੇ ਕਿਸਮ ਦੀ ਬਚਤ ਹੈ ਹੀ ਨਹੀਂ 5000 ਦੇਂਦੇ ਜੇ ਨਾ ਹੋਰ 5000 ਹੋਰ ਪਾ ਕੇ ਤੇ ਆਰਡਰ ਵੀ ਕਿਸੇ ਹੋਰ ਨਹੀਂ ਦੇ ਦੇ ਭਾਜੀ ਤੁਸੀਂ 10-10000 ਦੇ ਵਿੱਚ ਜਾ ਕੇ ਨਾ ਟਕਾ ਟਕਾ ਲੈ ਕਰਾ ਲਓ ਅਗੇ ਬਰਾਦੇ ਹੋ ਲਾਣਾ ਮਾਫ ਕਰੋ ਭਾਜੀ ਤੁਹਾਡੀ ਮਿਹਰਬਾਨੀ ਕਰਦੇ ਸੁਣੋ ਯਾਰ ਆਏ ਕੰਮ ਨੂੰ ਠੁਕਾਈਦਾ ਨਹੀਂ ਹੁੰਦਾ ਖਾਂਦਾ ਰਿਜ਼ਕ ਬਾਰ ਬਾਰ ਦਰਸਤ ਉਹ ਕਿਹੜਾ ਰਿਜ਼ਕ ਭਾਜੀ ਸਾਡੇ ਛੋਟੇ ਛੋਟੇ ਬੱਚੇ ਨੇ ਕਿਹੜਾ ਰਿਜ਼ਕ ਅਸੀਂ ਕਮਾਉਂਦੇ ਹਾਂ ਅਸੀਂ ਠੋਕਰ ਮਾਰਦੇ ਰਿਜ਼ਕ ਕਿਉਂ ਚਿਲੇ ਸਾਡੇ ਬੱਚੇ ਪੜਦੇ ਹੁਣ ਵੀ ਆ ਪਾਪਾ ਰਿਜ਼ਕ ਕਮਾਣੇ ਗਏ ਥੇ ਤੇ ਯਾਰ ਤੁਹਾਡੇ ਪਾਪੋ ਬੱਚੇ ਛੋਟੇ ਛੋਟੇ ਮੇਰਾ ਕਸੂਰ ਹੈ ਬੱਚੇ ਵੱਡੇ ਕਰੋ ਬਰਾਤ ਤੇ ਆਓ ਤੇ ਭਾਜੀ ਤੁਸੀਂ ਗੋਲੀਆਂ ਚਲਾਉਂਦੇ ਹੋ ਇੱਕ ਸਾਡਾ ਕਸੂਰ ਹੈ ਤੁਸੀਂ ਅੱਗੇ ਖਲੋਣਾ ਤੁਸੀਂ ਸਾਡੇ ਬਿਸਮਿਲਲਾ ਕਰ ਗਈ ਰਿਜ਼ਕ ਨੂੰ ਅਸੀਂ ਠੋਕਰ ਨਹੀਂ ਮਾਰਦੇ ਕੋਈ ਵੀ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਜੀ ਨਹੀਂ 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 ਜਨਾਬ ਅਸੀਂ ਹੋਰ ਜਿੰਨਾ ਚਾਹੇ 6 ਵਜੇ ਆ ਜਾਓ ਮੰਨ ਲਓ ਮੇਰੀ ਗੱਲ ਓਏ ਕੀ ਚਾਹਨਾ ਕੀ ਹੈ ਤੂੰ ਮਰੇ 7 ਵਜੇ ਨਾ ਨਾ ਤਮੀਜ਼ ਨਾਲ ਗੱਲ ਕਰੋ ਨਾ ਆਕੇ ਗਾਗ ਜਿਹੜਾ ਨਾ ਕੱਖ ਵੀ ਨਹੀਂ ਹੁੰਦਾ ਇਹੋ ਜਿਹਾ ਮੈਂ ਤੁਹਾਨੂੰ ਐਡਵਾਂਸ ਗਿਆ ਨਹੀਂ ਨਹੀਂ ਉਹ ਬੱਚੇ ਆ ਲਿਆ ਐਡਵਾਂਸ ਦੱਸ ਪਾ ਰਹਾ ਸਾਡੇ ਤੋਂ ਬਾਅਦ ਐਡਵਾਂਸ ਬੱਚੇ ਆਖਰੀ ਮੋਰਚੇ ਵਰਗਾ ਮੂੰਹ ਤੇਰਾ ਮਾਰੇ ਤੁਸੀਂ ਹੱਕ ਮਹਿਰ ਚ ਲਿਖਾਇਆ ਵੀ ਵਾਜਿਆ ਨੇ ਮਰਵਾਣੇ ਨੇ ਕੀ ਗੱਲ ਇਹੋ ਜਿਹੇ ਬੰਦੇ ਨਾ ਹਸਪਤਾਲ ਚ ਮਰੀਜ਼ ਸੁਣ ਕਰਕੇ ਉਹਦੇ ਪੈਸੇ ਕੱਢ ਲੈਂਦੇ ਲੋਕਾਂ ਦਾ ਮੇਲਾ ਕਰੇ ਅੱਛਾ ਤੁਸੀਂ ਗੱਲ ਸੁਣੋ ਇਸ ਤਰ੍ਹਾਂ ਹਾਂਜੀ ਗੱਡੀ ਗੁੱਡੀ ਤੇ ਨਾ ਹੋਣਾ ਪਤਾ ਕੀ ਗੱਲ ਅੱਗੇ ਅਸੀਂ ਆਣਾ ਹੀ ਨਹੀਂ ਭਾਜੀ ਨਹੀਂ ਜਦੋਂ ਦੌੜ ਲੱਗਣੀ ਹੈ ਗੱਡੀ ਫਿਰ ਕੌਣ ਲਿਆਉਂਦਾ ਤੇਰੇ ਵਾਲਾ ਓ ਮਾਰਵੀ ਓ ਭਾ ਓ ਤੇਰਾ ਭਲਾ ਹੋਵੇ ਲਾਸ਼ ਹੋ ਗਈ ਕੀ ਕਿਹਾ ਭਾਜੀ ਕਿਹਾ ਚੱਲਿਆ ਕਾਰਤੂਸ ਹੁੰਦਾ ਕੀ ਸਾਨੂੰ ਓਏ ਇਹੋ ਜਿਹੇ ਬੰਦੇ ਨਾ ਐਂਬੂਲੈਂਸ ਸਾਰੀ ਹੋਏ ਕਹਿੰਦੇ ਪਰੇ ਪਰ ਹੋਏ ਮੇਰੀ ਕਣਕ ਆਉਂਦੀ ਨਹੀਂ ਨਹੀਂ ਗੱਡੀਆਂ ਸਾਡੀਆਂ ਜੀ ਦੋਣੇ ਐਂਬੂਲੈਂਸ ਨਾਲ ਨਹੀਂ ਤੁਹਾਡੇ ਹਾਂਜੀ ਅਗਰ ਕਿਤੇ ਆਉਣਾ ਵੀ ਪਿਆ ਤੇ ਪਾ ਲਿਆ ਮੈਨੂੰ ਕੋਈ ਕੋਈ ਬਾਤ ਨਹੀਂ ਭਾਜੀ ਇਹਨੇ ਨਹੀਂ ਜੀ ਹਟਣਾ ਇਹਨੇ ਨਹੀਂ ਹਟਣਾ ਇਹਦੇ ਵਾਸਤੇ ਕੁਝ ਹੈ ਫੜੋ ਪਰੇ ਅਗਰੇ ਆ ਭਾਈ ਇਹ ਓਏ ਭਾਈਓ ਭਾਈਓ